ਜਿਵੇਂ ਕਿ ਅਸੀਂ ਜਾਣਦੇ ਹਾਂ ਕੁਝ ਦਿਨ ਪਹਿਲਾਂ ਮਹਿਕਦੀਪ ਸਿੰਘ ਘਰ ਛੱਡ ਕੇ ਜਾ ਚੁੱਕਾ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਇਹ ਵਾਰਦਾਤ ਵਾਪਰਨ ਤੋਂ ਪਹਿਲਾਂ ਉਹਨਾਂ ਦੀ ਵਾਈਫ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ ਜੋ ਕਿ ਉਹਨਾਂ ਦਾ ਪੁਰਾਣਾ ਵੀਡੀਓ ਸੀ ਜਿਸ ਦੀ ਕੈਪਸ਼ਨ ਦੇ ਵਿੱਚ ਉਹਨਾਂ ਦੀ ਵਾਈਫ ਵੱਲੋਂ ਲਿਖਿਆ ਗਿਆ ਸੀ ਕਿੰਨਾ ਸੋਹਣਾ ਸੀ ਸਭ ਕੁਝ ਪਹਿਲਾਂ ਮਤਲਬ ਇੰਡੀਆ ਆ ਕੇ ਸਾਡੀ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਹੋ ਰਿਹਾ ਆਪਸ ਵਿੱਚ ਨਹੀਂ ਐਂਡ ਇਸ ਵੀਡੀਓ ਦੇ ਕੁਝ ਦਿਨ ਬਾਅਦ ਹੀ ਮਹਿਕਦੀਪ ਸਿੰਘ ਘਰ ਛੱਡ ਕੇ ਚਲੇ ਗਏ ਸਨ ਇਸ ਵੀਡੀਓ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਸ਼ਾਇਦ ਉਹ ਦੋਨੋਂ ਸਟ्रेस ਦੇ ਵਿੱਚੋਂ ਗੁਜ਼ਰ ਰਹੇ ਸਨ ਐਂਡ ਇਸ ਸਟ्रेस ਦੇ ਚੱਲਦਿਆਂ ਮਹਿਕਦੀਪ ਸਿੰਘ ਘਰੋਂ ਭੱਜ ਗਏ ਲੇਕਿਨ ਉਹਨਾਂ ਦੇ ਘਰੋਂ ਪਰਤਣ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਟਰੋਲ ਕੀਤਾ ਗਿਆ ਅਤੇ ਉਹਨਾਂ ਦੇ ਘਰ ਵਾਪਸ ਆਉਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹ ਸਭ ਸੇਮ ਲਾਈਨ ਦੇ ਡਰਾਮੇ ਨੇ ਚੇਤਾ ਰਿਪਲਾਈ ਉਹਨਾਂ ਦੀ ਵਾਈਫ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਦਿੱਤਾ ਉਹਨਾਂ ਨੇ ਕਿਹਾ ਕਿ ਸਾਡਾ ਸਾਰਾ ਟੱਬਰ ਇਕੱਠਾ ਹੋਇਆ ਜਿਹੜੇ ਬੋਲਦੇ ਆ ਉਹਨਾਂ ਲਈ ਇੱਕ ਹੀ ਜਵਾਬ ਆ ਰੱਬ ਇਦਾਂ ਦੀ ਕਿਸੇ ਨਾਲ ਨਾ ਕਰੇ ਬਟ ਫਿਰ ਵੀ ਲੋਕ ਕਿਸੇ ਦੇ ਡਿਪਰੈਸ਼ਨ ਨੂੰ ਸਮਝਣ ਦੇ بجائے ਉਹਨਾਂ ਨੂੰ ਟਰੋਲ ਕਰ ਰਹੇ ਨੇ ਬਾਕੀ ਤੁਹਾਡਾ ਇਸ ਸਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ